ਹੁਣ ਪੰਜਾਬੀਆਂ ਨੂੰ ਕੰਗਣਾ ਰਣੌਤ ਦਾ ਬਿਆਨ ਆਇਆ ਇਹ ਪੱਖਵਾਦੀ ਨੇ ਅੱਤਵਾਦੀ ਆ, ਕਿਵੇਂ ਦੇਖਦੇ ਹੋ ਇਹੋ ਜਿਹੀ ਬਿਆਨਬਾਜ਼ੀ ਨੂੰ, ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ? ਕਿਵੇਂ ਵੇਖਦਾ? ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਹਾ, ਮੇਰੇ ਪਰਿਵਾਰ ਦੇ ਨਾਲ ਤਾਂ ਇਹ ਚੀਜ਼ ਵਾਪਰ ਹੀ ਚੁੱਕੀ ਹੈ ਸਾਰੀ। ਮੈਂ ਫਿਰ ਤੋਂ ਦੁਬਾਰਾ ਗੋਲਡੀ ਵਿਰਾਟ ਦੇ ਦੁਆਰਾ ਮੇਰਾ ਕਾਊਂਟਰ ਕੀਤਾ ਗਿਆ ਉਸ ਗੱਲ ਦੇ, ਤੁਹਾਨੂੰ ਜਵਾਬ ਦਿੱਤਾ ਗਿਆ ਮੈਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਬਾਈ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਸੀ, ਅਤੇ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ ਹਰ ਸਾਲ ਸਿੱਧੂ ਮੂਸੇਵਾਲੇ ਦੇ ਮੂਸਾ ਪਿੰਡ ਵਿਖੇ ਕੈਂਸਰ ਕੈਂਪ ਲਗਾਇਆ ਜਾਂਦਾ ਹੈ ਅਤੇ ਏਰੀਏ ਦੇ ਲੋਕ ਇੱਥੇ ਆ ਕੇ ਆਪਣਾ ਚੈੱਕਅਪ ਕਰਵਾਉਂਦੇ ਨੇ। ਅੱਜ ਵੀ ਕੈਂਪ ਲੱਗਿਆ ਸੀ ਅਤੇ ਇਸ ਮੌਕੇ ਬਾਪੂ ਬਲਕੌਰ ਸਿੰਘ ਹੋਰੀ ਸਾਹਮਣੇ ਆਏ, ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇੱਕ ਭੱਖ ਦੇ ਮੁੱਦੇ ਦੇ ਉੱਪਰ ਗੱਲਬਾਤ ਕਰੀ। ਮੁੱਦਾ ਸੀ ਕੰਗਣਾ ਰਣੌਤ ਅਤੇ ਕੁਲਵਿੰਦਰ ਕੌਰ ਦਾ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਕੰਗਣਾ ਰਣੌਤ ਬਾਰੇ ਬਾਪੂ ਬਲਕੌਰ ਸਿੰਘ ਤੋਂ ਕੁਝ ਪੁੱਛਿਆ ਤਾਂ ਉਹਨਾਂ ਦਾ ਕੀ ਜਵਾਬ ਸੀ, ਤੁਸੀਂ ਅੱਗੇ ਵੀਡੀਓ ਦੇ ਵਿੱਚ ਸੁਣੋ ਅਤੇ ਨਾਲ ਹੀ ਉਹਨਾਂ ਨੇ ਗੋਲਡੀ ਵਿਰਾਟ ਦੇ ਬਾਰੇ ਵੀ ਗੱਲਬਾਤ ਕਰੀ ਹੈ। ਤਾਂ ਦੋਸਤੋ, ਆਓ ਸੁਣਦੇ ਹਾਂ ਵੀਡੀਓ ਦੇ ਵਿੱਚ ਕਿ ਆਖਰ ਬਾਪੂ ਬਲਕੌਰ ਸਿੰਘ ਦਾ ਕੀ ਕਹਿਣਾ ਹੈ। ਨਾਲ ਹੀ ਅਗਰ ਤੁਸੀਂ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ, ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਹੁਣ ਪੰਜਾਬੀਆਂ ਨੂੰ ਕੰਗਣਾ ਰਣੌਤ ਦਾ ਬਿਆਨ ਆਇਆ ਇਹ ਪੱਖਵਾਦੀ ਨੇ ਅੱਤਵਾਦੀ ਆ, ਕਿਵੇਂ ਦੇਖਦੇ ਹੋ ਇਹੋ ਜਿਹੀ ਬਿਆਨਬਾਜ਼ੀ ਨੂੰ, ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ? ਕਿਵੇਂ ਵੇਖਦਾ? ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਹਾ, ਮੇਰੇ ਪਰਿਵਾਰ ਦੇ ਨਾਲ ਤਾਂ ਇਹ ਚੀਜ਼ ਵਾਪਰ ਹੀ ਚੁੱਕੀ ਹੈ ਸਾਰੀ। ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਫਿਰ ਤੋਂ ਦੁਬਾਰਾ ਗੋਲਡੀ ਵਿਰਾਟ ਦੇ ਦੁਆਰਾ ਉਹਨੂੰ ਮੇਰਾ ਕਾਊਂਟਰ ਕੀਤਾ ਗਿਆ ਉਸ ਗੱਲ ਦੇ, ਤੁਹਾਨੂੰ ਜਵਾਬ ਦਿੱਤਾ ਗਿਆ ਮੈਨੂੰ, ਤਾਂ ਉਹ ਵੀ ਸਾਰੀਆਂ ਇਹਦੇ ਗੱਲਾਂ ਝਲਕਦੀਆਂ ਨੇ, ਮੈਂ ਉਹੀ ਗੱਲਾਂ ਕਰੀਆਂ ਨੇ। ਇਹਨਾਂ ਨੇ ਸਾਂਦੇ ਤਾਂ ਮੱਥੇ 'ਤੇ ਲਿਖਤਾ ਬਾਗੀ, ਬੇਸ਼ੱਕ ਸਾਡਾ ਕਿਰਦਾਰ ਦੇਸ਼ ਪ੍ਰਤੀ ਰਿਹਾ ਹੋਵੇ, ਮੈਂ ਸਾਬਕਾ ਫੌਜੀ ਰਿਹਾ, ਉਹ ਗੱਲਾਂ ਤਾਂ ਨਜ਼ਰਅੰਦਾਜ਼ ਹੀ ਕਰਦੀਆਂ। ਹੁਣ ਮੈਂ ਕੱਲ੍ਹ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਛ ਬੰਦੇ ਨੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਸ਼ਾ ਹੈ, ਜੰਮ ਜੰਮ ਕੇ ਕਰੋ, ਸਾਨੂੰ ਕੋਈ ਤੁਹਾਡੀ ਪੱਤਰਕਾਰ ਤੋਂ ਪ੍ਰੋਬਲਮ ਨਹੀਂ, ਪਰੰਤੂ ਜਦੋਂ ਤੁਸੀਂ ਪੇੜ ਚੱਲਦੇ ਹੋ ਨਾ, ਉਦੋਂ ਕਿਤੇ ਨਾ ਕਿਤੇ ਜਾ ਕੇ ਦੁੱਖ ਮਹਿਸੂਸ ਹੁੰਦਾ, ਕਿਉਂਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਕਿ ਉਹ ਰਿਪੋਰਟਾਂ ਹੀ ਇਕੱਲੀ ਮੇਰੇ ਸਿੱਧੂ ਪਰਿਵਾਰ ਦੀ ਬਣਾ ਰਹੇ ਨੇ। ਮੂਸੇਵਾਲ ਦਾ ਫੈਕਟਰ ਖਤਮ ਹੋ ਗਿਆ ਜੀ, ਮੂਸੇਵਾਲ ਦਾ ਫੈਕਟਰ ਫਲਾਣਾ ਹੋ ਗਿਆ, ਆਹ ਬਿਨਾਂ ਫੈਕਟਰ ਤੋਂ ਲੋਕ ਖੜੇ ਨੇ, ਸਵੇਰ ਦਾ ਹਜ਼ਾਰਾਂ ਕੇਕ ਸ਼ਾਮ ਤੱਕ ਕਰਦੇ, ਉਹ ਬਿਨਾਂ ਫੈਕਟਰ ਤੋਂ ਹੀ ਆਈ ਜਾਂਦਾ। ਬੜੇ ਲੋਕਾਂ ਨੇ ਜਿੰਨਾ ਬੜੇ ਬੜੇ ਵੱਡੇ ਵੱਡੇ ਲੀਡਰ ਹੋਏ ਨੇ, ਦੋ ਦੋ ਤਿੰਨ ਤਿੰਨ ਵਾਰੀ ਦੇ ਮੁੱਖ ਮੰਤਰੀ ਵੀ ਹੋਏ ਨੇ, ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ? ਦੱਸੋ, ਸਿੱਧੂ ਮੂਸੇਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ, ਉਹਨੂੰ ਖਤਮ ਕਰਨ ਦੀ ਪੱਤਰਕਾਰ ਵੀ ਤਤਪਰ ਨੇ, ਇਸ ਗੱਲ ਸਾਰਿਆਂ ਨੂੰ ਨਹੀਂ ਕਹਿੰਦਾ, ਮਾਫ਼ ਕਰਨਾ, ਪਰ ਵਿੱਚ ਕੁਛ ਹੈਗੇ ਨੇ, ਉਹਨਾਂ ਨੂੰ ਵਿਅਕਤੀਗਤ ਤੌਰ 'ਤੇ ਫੋਨ ਲਾ ਕੇ ਵੀ ਗੱਲ ਕਹੀਏ ਵੀ ਦੇਖੋ, ਅਸੀਂ ਤਾਂ ਹਾਸ਼ੀ ਦੇ ਉੱਤੇ ਪਹਿਲੀ ਪਹੁੰਚੇ, ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ? ਠੀਕ ਹੈ, ਇੱਕ ਨੂੰ ਤੁਸੀਂ ਮਾਰ ਦਿੱਤਾ, ਫਿਰ ਇਹਨੂੰ ਤੁਸੀਂ ਜੰਮਣ ਦੇ ਉੱਤੇ ਨੋਟਿਸ ਕੱਟ ਦਿੱਤੇ ਨੇ, ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਇਹਨੂੰ ਜਵਾਬ ਨੂੰ ਪਾਲਾਂਗੇ, ਤਾਂ ਇਹ ਪੂਰੀ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ? ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ, ਖਾਸ ਕਰਕੇ ਸੈਂਟਰ ਗੌਰਮੈਂਟ ਤੋਂ, ਵੀ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਰਸ਼ ਦੇ ਵਿੱਚ। 4 ਸਾਲ ਤਾਂ ਮੈਂ ਲਗਾਤਾਰ ਪੁੱਛਦੇ ਮਰਨ ਤੋਂ, 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਇਨਵੋਲਵ ਹਾਂ ਇਸ ਗੱਲ ਦੇ ਵਿੱਚ, ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ 'ਚ ਕਦੇ ਸਜ਼ਾ ਹੋਈ ਦੇਖੀ ਹੈ? ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲਓ, ਤਾਂ ਇਹਦਾ ਕਤਲ ਦੀ ਫਰੌਤੀਆਂ ਦੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਈ ਗੁਨਾਹ ਹੀ ਨਹੀਂ ਹੈ, ਇਸੇ ਕਰਕੇ ਲੋਕ ਪੈਸਾ ਕਮਾ ਰਹੇ ਹੋ। ਅੰਕਲ ਜੀ, ਪਰਿਵਾਰ ਵੱਲੋਂ ਕੀ ਅੱਜ ਅਪੀਲ ਕਰਨਾ ਚਾਹੁੰਦੇ ਹੋ ਸਿੱਧੂ ਦੇ ਪ੍ਰਸ਼ੰਸਕਾਂ ਨੂੰ? ਇਹੀ ਅਪੀਲ ਕਰਨਾ ਵੀ ਅਸੀਂ ਸਰਕਾਰਾਂ 'ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜ੍ਹੇ ਹੋਈਏ, ਅਸੀਂ ਛੋਟੇ ਲੈਵਲ ਤੋਂ ਸਹੀ, ਆਪਣੇ ਪਰਿਵਾਰ ਲੈਵਲ ਤੋਂ ਸਹੀ, ਅਸੀਂ ਵਾਤਾਵਰਨ ਨੂੰ, ਪਾਣੀ ਨੂੰ, ਅਤੇ ਜਿਹੜਾ ਆਹ ਕੈਂਸਰ ਦੀ ਅਵੇਅਰਨੈਸ ਨੂੰ ਫੈਲਾਉਣ ਦੀ ਕੋਸ਼ਿਸ਼ ਕਰੀਏ। ਕੈਂਸਰ ਕੋਈ ਬਿਮਾਰੀ ਨਹੀਂ ਹੈ, ਇਹਦਾ ਕੇਵਲ 'ਤੇ ਕੇਵਲ ਪਰਹੇਜ਼ ਹੈ, ਖਾਣ ਪੀਣ ਦਾ ਪਰਹੇਜ਼ ਹੈ, ਇੱਕ ਜ਼ਿੰਦਗੀ ਨੂੰ ਡਿਸਪਲਿਨ ਦੇ ਵਿੱਚ ਰਹਿ ਕੇ ਜਿਉਣ ਦੀ ਜਿਹੜੀ ਕਲਾ, ਆਪ ਵੀ ਸਿੱਖੀਏ ਅਤੇ ਆਪਣੇ ਛੋਟੇ ਵੱਡਿਆਂ ਨੂੰ ਹੋਰ ਵੀ। ਅੰਕਲ ਜੀ, ਕੇਕ ਨੂੰ ਲੈ ਕੇ ਇੱਕ ਅਪੀਲ ਕੀਤੀ ਹੈ ਵੀ ਕੇਕ ਨਹੀਂ ਕੱਟਣੇ ਜਾਂ ਵੱਧ ਨਹੀਂ ਲਿਆਉਣੇ, ਤਾਂ ਉਹਦੇ ਬਾਰੇ ਦੱਸੋ ਜਰਾ ਕੀ ਕੰਮ? ਬੇਟਾ, ਕੇਕ ਦੀ ਇਹ ਗੱਲ ਸੀ ਵੀ ਕੇਕ ਕਈ ਵਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ 100-700 ਕੇਕ ਆ ਜਾਂਦਾ, ਤਾਂ ਫਿਰ ਅਸੀਂ ਉਹਨੂੰ ਵੰਡਣ ਵਾਸਤੇ ਜਾਂ ਤਾਂ
ਹੁਣ ਜੇ ਕੇਕ ਇਹ ਵੀ ਚੀਜ਼ਾਂ ਮਿੱਠਾ ਵੀ ਖਾਣਾ ਕੁਛ ਹੱਦ ਤੱਕ ਯਾਨੀ ਉਹੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਵੀ ਸਾਨੂੰ ਅਚਾਰ ਵਿਹਾਰ ਖਾਣ ਪੀਣ ਦਾ ਸਿੱਖਣਾ ਪਊਗਾ। ਹੁਣ ਜੇ ਮੈਂ ਸਾਰਾ ਦਿਨ 10 ਜਾਂ 50 ਜਵਾਕਾਂ ਨੂੰ ਕੇਕ ਹੀ ਖਵਾਈ ਜਾਂਦਾ ਸ਼ਾਮ ਤੱਕ ਫਿਰ ਆ ਰਹੇ ਹੋਣਗੇ। ਨੰਬਰ 2 ਤੇ ਇੱਕ ਪੈਸੇ ਦੀ ਵੇਸਟੇਜ ਹੈ। ਮੈਂ ਇਹ ਕਹਿੰਦਾ ਸੀ ਵੀ ਕਿਉਂ ਨਾ ਜੇ ਤੁਸੀਂ 100 ਜਾਂ 200 ਰੁਪਈਏ ਹੀ ਖਰਚਣਾ, ਕਿਉਂ ਨਾ ਕੋਈ ਤੁਸੀਂ ਇੱਕ ਚੱਪਲਾਂ ਦਾ ਜੋੜਾ ਲੈ ਲਓ, ਕਿਉਂ ਨਾ ਤੁਸੀਂ ਕੋਈ ਬੂਟਾਂ ਦਾ ਜੋੜਾ ਲੈ ਲਓ, ਆਪਾਂ ਪ੍ਰਾਇਮਰੀ ਸਕੂਲ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਤੱਕ ਪਹੁੰਚੀਏ। ਜੇ ਤੁਸੀਂ ਜ਼ਰੂਰੀ ਸਮਝੋ, ਪਹਿਲੀ ਗੱਲ ਤਾਂ ਤੁਸੀਂ ਆਓ, ਆਪਾਂ ਇੱਥੇ ਆ ਕੇ ਕੋਈ ਕੈਂਪ ਲਾਵਾਂਗੇ, ਅਗਲੇ ਸਾਲ ਨੂੰ ਆਪਾਂ ਹੋ ਸਕਦਾ ਕੋਈ ਹੋਰ ਪ੍ਰੋਗਰਾਮ ਵੀ ਸਵਾਸਥ ਸੇਵਾ ਦਾ ਲਿਖਾਂਗੇ, ਤਾਂ ਆਪਾਂ ਉਹ ਉਹਦੇ ਵਿੱਚ ਯੋਗਦਾਨ ਪਾ ਦਈਏ, ਜਿਹੜਾ ਪੈਸਾ ਉਹ ਵੇਸਟ ਨਾ ਜਾਵੇ। ਮੇਰਾ ਕੇਕ ਰੋਕਣ ਦਾ ਮਤਲਬ ਇਹ ਸੀਗਾ, ਕਿਉਂਕਿ ਕੇਕ ਹਜ਼ਾਰਾਂ ਦੀ ਗਿਣਤੀ 'ਚ ਹੋ ਜਾਂਦੇ ਆ, ਫਿਰ ਇੰਨਿਆਂ ਨੂੰ ਕੱਟਣਾ, ਇੰਨਿਆਂ ਨੂੰ ਕਮਾਉਣੇ ਪੈਣਗੇ ਕਿਸੇ ਨੂੰ ਕਿਤੇ ਨਾ ਕਿਤੇ ਕਰਕੇ, ਤਾਂ ਕਰਕੇ ਉਹ ਇੱਕ ਵੇਸਟੇਜ ਆ। ਅੱਗੇ ਜੀ ਸਟੈਚੂ ਲਾਉਣੇ ਸੀਗੇ, ਸਿੱਧੂ ਦਾ ਸਟੈਚੂ ਆਇਆ ਪਿਆ ਇੱਕ, ਕਦੋਂ ਲਾਉਣੇ ਆ ਉਹ? ਕੀ ਤਾਂ ਤਿਆਰ ਨੇ, ਦੇਖੋ ਗਰਿੱਲ ਤਾਂ ਉਹ 'ਤੇ ਲੱਗ ਗਈ ਹੈ ਨਾ ਚਿੱਲੇ ਦੇ ਉੱਤੇ। ਹੁਣ ਅਸੀਂ ਉਹਨੂੰ ਪਾਣੀ ਦਾ, ਬਾਰਿਸ਼ ਉਡੀਕ ਰਿਹਾ ਸੀ ਵੀ ਉਹ ਇੱਕ ਵਾਰ ਪਾਣੀ ਨਾਲ ਭਰ ਜਾਵੇ ਨਾ, ਉਹ ਜਿਹੜੀ ਮਿੱਟੀ ਬੈਠ ਜਾਵੇ। ਹੁਣ ਆਪਾਂ ਜਿਹੜਾ ਲੈਂਡਸਕੇਪਿੰਗ ਕਰਵਾ ਕੇ ਉਹਦੇ ਘਾਹ ਲਾ ਕੇ ਪਾਰਕ ਦਾ ਜਿਹੜਾ ਆਪਣੇ ਕੋਲ ਡਿਜੀਟਲ ਨਕਸ਼ਾ ਉਹ ਆ ਚੁੱਕਿਆ, ਉਹ ਬਣਾ ਕੇ ਫਿਰ ਉਹਦਾ ਇੱਕ ਮਾਰਬਲ ਲੱਗ ਕੇ ਥੜਾ ਜਿਹਾ ਬਣਦਾ ਹੁੰਦਾ 5 ਫੁੱਟ ਦਾ, ਉਹਦੇ ਉੱਪਰ ਉਹਨੂੰ ਆਪਾਂ 1-2 ਮਹੀਨੇ 'ਚ ਹੀ ਕਰ ਦਿਆਂਗੇ ਸ਼ੀਟ ਲੱਗੇ ਹੋਏ ਉੱਪਰ ਨੂੰ। ਤਾਂ ਦੂਸਰੀ ਜਗ੍ਹਾ ਹੈਗੀ ਹੈ ਜਵਾਰਕਿਆਂ ਦੀ, ਉਹ ਜਵਾਰਕਿਆਂ ਦਾ ਵੀ ਉੱਥੇ ਅਸੀਂ ਪੂਰੀ ਜਗ੍ਹਾ ਦਾ ਦੇਖ ਰਹੇ ਹਾਂ ਇਸੇ ਪਾਸੇ, ਵੀ ਆਪਾਂ ਨੂੰ ਕਨਾਲ ਅੱਧੀ ਕਨਾਲ 'ਚ ਕਿੱਥੇ ਜਗ੍ਹਾ ਮਿਲ ਜਾਂਦੀ ਹੈ ਤਾਂ ਆਪਾਂ ਦੂਜੇ ਨੂੰ ਵੀ ਲਾ ਦਿਆਂਗੇ। ਮਤਲਬ ਅਗਲੀ ਬਰਸੀ ਤੋਂ ਪਹਿਲਾਂ ਆਪਾਂ ਦੋਨਾਂ ਨੂੰ ਸੈਟਲ ਕਰ ਲਾਂਗੇ। ਅੰਕਲ ਜੀ, ਪ੍ਰਸ਼ਾਸਕਾਂ ਨੂੰ ਉਮੀਦ ਸੀ ਕਿ ਸਿੱਧੂ ਦਾ ਗਾਣਾ ਜਿਹੜਾ ਆਊਗਾ ਜਨਮਦਿਨ 'ਤੇ, ਤਾਂ ਕੀ ਕਦੋਂ ਜਿਹੜਾ ਅਗਲਾ ਗਾਣਾ ਰਿਲੀਜ਼ ਹੋ ਸਕਦਾ? ਅਸੀਂ ਗਾਣਾ ਜਨਮਦਿਨ 'ਤੇ ਛੱਡਣਾ ਸੀ, ਪਰੰਤੂ ਸਿੱਧੂ ਦੇ ਨਾਲ ਲੜਕੀ ਜਿਹੜੀ ਸਹਿ ਗਾਇਕ ਆਪਣੇ ਇੱਥੇ ਆ ਕੇ ਗਈ ਸੀ ਬੇਟੀ ਸਟੈਫਲੈਂਡਨ, ਤਾਂ ਸਟੈਫਲੈਂਡਨ ਦੀ ਇੱਕ EP ਆ ਰਹੀ ਹੈ, ਉਹਦੇ 'ਚ ਸਿੱਧੂ ਦਾ ਗਾਣਾ ਹੈ। ਤਾਂ ਜੇ ਹੁਣ ਅਸੀਂ ਅੱਜ ਛੱਡਤਾ, ਫਿਰ ਉਹਨੇ EP ਉਹਨੇ ਡੇਟਾਂ ਦੇ ਰੱਖੀਆਂ ਨੇ, ਉਹ ਇਸ ਮਹੀਨੇ ਆਊਗਾ, ਤਾਂ ਉਹ ਪਹਿਲਾਂ ਵੀ ਉਹ ਚੱਲ ਲੈਣ ਦੋ, ਉਸ ਤੋਂ ਬਾਅਦ ਜਿਵੇਂ ਟਾਈਮ ਲੱਗਦਾ ਉਹਦੇ ਵਿੱਚ ਅਗਲਾ ਸਟੀਲ ਬੈਂਗਲ ਦਾ ਗਾਣਾ ਤਿਆਰ ਹੈ। ਤਾਂ ਜਿਹੜੇ ਉਹਦੇ ਨਾਲ ਕਲੈਬ ਕੀਤੀਆਂ ਹੋਈਆਂ ਬਾਕੀ ਆਰਟਿਸਟਾਂ ਦੇ ਨਾਲ UK ਦੇ ਨਾਲ, ਪਹਿਲਾਂ ਉਹਨਾਂ ਨੂੰ ਨਿਕਲ ਲੈਣ ਦੀ ਹੈ। ਤਾਂ ਦੋਸਤੋ, ਤੁਸੀਂ ਨੇ ਸੁਣਿਆ ਕਿ ਆਖਰ ਬਾਪੂ ਬਲਕੌਰ ਸਿੰਘ ਨੇ ਕੀ ਬਿਆਨ ਦਿੱਤਾ। ਬਾਪੂ ਬਲਕੌਰ ਸਿੰਘ ਨੇ ਕਈ ਗੱਲਾਂ ਇੱਥੇ ਲੋਕਾਂ ਦੇ ਸਾਹਮਣੇ ਸਾਫ਼ ਕੀਤੀਆਂ ਅਤੇ ਸਟੈਚੂ ਵੀ ਦੱਸਿਆ ਕਿ ਕਿੱਥੇ ਕਿੱਥੇ ਸਿੱਧੂ ਦੇ ਸਟੈਚੂ ਕਦੋਂ ਕਦੋਂ ਲਗਾਏ ਜਾਣਗੇ ਅਤੇ ਹਾਲੇ ਕਿਉਂ ਰੋਕੇ ਹੋਏ ਨੇ ਸਿੱਧੂ ਦੇ ਜਿਹੜੇ ਸਟੈਚੂ ਸੀ ਉਹ ਲੱਗਣ ਕਨੀਓ। ਤਾਂ ਦੋਸਤੋ, ਆਉਣ ਵਾਲੀ ਬਰਸੀ ਤੋਂ ਪਹਿਲਾਂ ਸਿੱਧੂ ਦੇ ਕਈ ਸਟੈਚੂ ਲੱਗਣੇ ਨੇ, ਤਾਂ ਵੀਡੀਓ ਅਗਰ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ, ਅਗਰ ਤੁਸੀਂ ਦੇਖ ਰਹੇ ਹੋ YouTube ਦੇ ਉੱਪਰ ਤਾਂ ਆਪਣੇ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ, ਰੱਬ ਰੱਖਾ।